ਅਸਲਾਮੁਆਲਿਕੋ ਦੋਸਤੋ ਤੇ ਅੱਜ ਮੈਂ ਜਿਹੜੀ ਚੀਜ਼ ਤੁਹਾਡੇ ਵੱਸ ਲੈ ਕੇ ਆਇਆ ਹਾਂ ਉਹ ਹੈਗਾ ਮੀਨੀ ਜੀਪੀਐਸ ਜੀਐਫ07 ਤੇ ਬਹੁਤ ਸਾਰੇ ਤੇ ਇਹਦੀ ਕੀਮਤ ਪਾਕਿਸਤਾਨ ਚ ਕੀ ਹੈ ਉਹ ਤੁਸੀਂ ਮੈਨੂੰ ਦੱਸਦੇ ਹੋ ਤੇ ਜਿਹੜੀ ਚਾਈਨਾ ਚ ਕੀਮਤ ਹੈ ਉਹ ਮੈਂ ਤੁਹਾਨੂੰ ਦੱਸ ਦਿੰਦਾ ਤੇ ਬਹੁਤ ਸਾਰੇ ਪਾਕਿਸਤਾਨ ਚ ਜਦੋਂ ਮੈਂ ਸਾਂ ਤੇ ਮੈਂ ਵੀ ਇੱਕ ਬੰਦੇ ਕੋਲ ਪਤਾ ਕੀਤਾ ਸੀ ਔਨਲਾਈਨ ਤੇ ਮੈਂ ਪੂਰਾ ਲਾਹੌਰ ਸ਼ਹਿਰ ਫਿਰਛੜਿਆ ਸੀ ਕਿ ਤੁਹਾਨੂੰ ਸ਼ਾਪ ਤੋਂ ਨਹੀਂ ਮਿਲਿਆ ਹੈਗਾ ਤੇ ਪਤਾ ਲੱਗਾ ਔਨਲਾਈਨ ਤੇ ਔਨਲਾਈਨ ਨੂੰ ਬੰਦੇ ਕੋਲ ਪੁੱਛਿਆ ਤੇ ਉਹਨੇ ਕਿਹਾ ਕੋਈ ਗਾਰੰਟੀ ਨਹੀਂ ਤੇ ਬਹੁਤ ਸ ਕੀਮਤ ਇਹਦੀ ਹੈਗੀ ਆ 5000 ਤੇ ਇੱਕ ਦੀ 97000 ਤੁਸੀਂ ਉਹ ਪਤਾ ਨਹੀਂ ਕਿਹੜਾ ਸੀ ਉਹ ਮਤਲਬ ਇਹ ਸੋ ਆਪਸ ਹੀ ਇਹ ਜ਼ੀਰੋ ਸੀ ਤੇ ਮੈਂ ਉਹਨੂੰ ਅਗਾ ਚੌਰੀ ਕੀ ਲੈਣਾ ਕਿਉਂਕਿ ਪਾਕਿਸਤਾਨ ਦੇ ਵਿੱਚ ਤੇ ਟੈਕਨੋਲੋਜੀ ਹਰ ਇਨਸਾਨ ਦੀ ਪਹੁੰਚ ਤੋਂ ਦੂਰ ਹੈ ਤੇ ਚੋਰ ਸਾਹਿਬ ਇਹਦੀ ਗੱਲ ਕਰ ਲੈਨੇ ਆ ਇਹਦੀ ਕੁਆਲਿਟੀਆਂ ਦੇ ਇਹਦੇ ਫਾਇਦੇ ਕੀ ਕੀ ਨੇ ਬਹੁਤ ਸ ਇਹਦੇ ਵਿੱਚ ਇੱਕ ਪੈਂਦੀ ਵੱਡੀ ਮਤਲਬ SIM ਠੀਕ ਹੈ ਤੇ ਇਹਦੇ ਵਿੱਚ ਪੈਂਦਾ ਇੱਕ ਮੈਮਰੀ ਕਾਰਡ ਸਾਹਮਣੇ ਠੀਕ ਹੈ ਇੱਥੇ ਲੱਗਦਾ ਚਾਰਜਰ ਤੇ ਇਹਦੇ ਜਿਹੜੀਆਂ ਖਸੂਸੀਅਤ ਨੂੰ ਇਹ ਵੇ ਤੁਸੀਂ ਇਹਦੇ ਚ ਸੇਮ ਪਾ ਕੇ ਤੇ ਇੱਕ ਤੇ ਲੋਕੇਸ਼ਨ ਕਿਸੇ ਜਿੱਥੇ ਮਤਲਬ ਟਰੇਸ ਕਰ ਸਕਦੇ ਹੋ ਦੂਜਾ ਇਹਦੇ ਵਿੱਚ ਇੱਕ ਮਾਈਕ ਲੱਗਾ ਆ ਤੁਸੀਂ ਆਪਣੇ ਸੇਮ ਤੇ ਕਾਲ ਕਰਕੇ ਤੇ ਜਿੱਥੇ ਤੁਹਾਡਾ ਹੈਗਾ ਮਾਈਕ ਤੁਸੀਂ ਆਲੇ ਦੁਆਲੇ ਕੀ ਹੋ ਰਿਹਾ ਕੀ ਗੱਲਾਂ ਹੋ ਰਹੀਆਂ ਤੁਸੀਂ ਸੁਣ ਸਕਦੇ ਹੋ ਠੀਕ ਹੈ ਨਾ ਜਸੂਸੀ ਲਈ ਵੀ ਹੋ ਸਕਦਾ ਇਸਤੇਮਾਲ ਉਸ ਤੋਂ ਬਾਅਦ ਤੁਸੀਂ ਇਹਨੂੰ ਆਪਣੇ ਕਿਸੇ ਮੋਬਾਈਲ 'ਚ ਸਿਮ ਪਾ ਕੇ ਇਹਦੇ ਦਾ ਨੰਬਰ ਆਪਣੇ ਬੈਲਿਫੀਡ ਕਰ ਇਹਨੂੰ ਪਤਾ ਇਹਦੇ ਨਾਲ ਇਹਦੇ ਮੈਨਿਊ ਮਿਲਿਆ ਆ ਇਹਨੂੰ ਚਲਾਉਣਾ ਕਿਵੇਂ ਹੈ ਠੀਕ ਨਾ ਮੈਂ ਮਤਲਬ ਕਿਹੜੇ ਕੋਡ ਕਿਹੜੇ ਕੋਡ ਨੇ ਠੀਕ ਨਾ ਕੋਡ ਸਾਰੇ ਦੇ ਲਿਖੇ ਨੇ ਵੇਖੋ 77 ਜਿਵੇਂ ਲਿਖਿਆ 00 ਜਿਵੇਂ ਲਿਖਿਆ 0 ਜਿਵੇਂ ਲਿਖਿਆ 55 ਜਿਵੇਂ ਲਿਖਿਆ ਇਹ ਮੈਨਿਊ ਦਾ ਤੁਸੀਂ ਪੜ ਲੋਗੇ ਤੁਹਾਨੂੰ ਸਮਝ ਲੱਗ ਜਾਏਗੀ ਸਾਰੀ ਨਾਲੇਕ ਦਿੱਤੀ ਚਾਰਜਰ ਕੇਬਲ ਬੋਸ ਇਹਦੇ ਨਾਲ ਤੁਸੀਂ ਲਾ ਕੇ ਤੇ ਇਥੋਂ ਅਗੂ ਕੱਟ ਕੇ ਕਿਸੇ ਤੇ ਹੋਲਡਰ ਚ ਲਾ ਸਕਦੇ ਹੋ ਮੋਟਰਸਾਈਕਲ ਦੇ ਤੇ ਪੱਕਾ ਪੱਕਾ ਦੇ ਚਾਰਜਿੰਗ ਵਾਲੀ ਪ੍ਰੋਬਲਮ ਖਤਮ ਕਰ ਸਕਦੇ ਹੋ ਤੇ ਆਪਣੇ ਮੋਟਰਸਾਈਕਲ ਨੂੰ ਸੇਫ ਕਰ ਸਕਦੇ ਹੋ ਦੂਜੀ ਗੱਲ ਇਹਦੀ ਮਜ਼ੇ ਦੀ ਜਿਹੜੀ ਹੈ ਉਹ ਇਹਦੇ ਚ ਅੱਲਾ ਤੁਹਾਡਾ ਭਲਾ ਕਰੇ ਲੱਗਾ ਹੋਇਆ ਮਕਨਾਤੀਸ ਹੁਣ ਮੇਰੇ ਕੋਲ ਕੋਈ ਚੀਜ਼ ਨਹੀਂ ਹੈਗੀ ਲੋਹੇ ਦੀ ਜਿਹਨਾਂ ਨੂੰ ਚੁਮਕਾ ਕੇ ਨਾਲੇ ਚਬੇੜ ਕੇ ਦਿਖਾਵਾਂ ਇਹ ਪਿੱਛੇ ਲੱਗਾ ਹੈ ਮਕਨਾਤੀਸ ਇਹਨੂੰ ਤੁਸੀਂ ਕਿਸੇ ਵੀ ਚੀਜ਼ ਨਾਲ ਇਹ ਤੇ ਲੋਹਾ ਸਿਲਵਰ ਹੈ ਹੀ ਨਹੀਂ ਤੇ ਯਾਰ ਹੱਸਟਾ ਮੇਰੇ ਕੋਲ ਕੋਈ ਨਹੀਂ ਆਗਨੇ ਤੇ ਮੈਂ ਬਖਾਂਦਾ ਇਹਨੂੰ ਤੁਸੀਂ ਨਾ ਉਹਦੇ ਨਾਲ ਤੁਸੀਂ ਜੋੜ ਸਕਦੇ ਹੋ ਠੀਕ ਹੈ ਨਾ ਆ ਦੇਖੋ ਹੁਣ ਮੇਰੇ ਕੋਲ ਨਾ ਇੱਕ ਚੀਜ਼ ਹੁਣ ਮੈਂ ਦੱਸੀ ਤੇ ਆ ਆ ਦੇਖੋ ਮਾਂ ਚੂਰੀ ਫੜ ਲਈ ਯਾਰ ਆ ਦੇਖੋ ਹੈ ਲੱਗਿਆ ਨਾਲ ਇਹ ਚ ਮਕਲਾ ਦੀਸ ਲੱਗੂਗੇ ਐਸਲ ਲੋਹਾ ਨਹੀਂ ਹੈਗਾ ਇਹ ਚ ਇਨੀ ਪੱਕੜ ਨਹੀਂ ਹੈਗੀ ਲੋਹੇ ਦੀ ਬੜੀ ਪਕੜ ਮਜ਼ਬੂਤ ਆ ਠੀਕ ਹੈ ਨਾ ਬੋਸ ਤੇ ਲੋਹੇ ਦੀ ਪਕੜ ਬਹੁਤ ਮਜ਼ਬੂਤ ਆ ਸਹੀ ਹੈ ਆ ਤਾਂ ਮੈਂ ਦੱਸਿਆ ਤੇ ਜਦ ਮਕਲਾ ਦੀਸ ਲੱਗਾ ਆ ਤੇ ਇਹਦੀ ਹੁਣ ਪੁੱਛੇ ਕੀਮਤ ਦੀ ਗੱਲ ਕਰ ਲਈ ਤੇ ਚైనా ਦਾ ਵਿੱਚ ਮੈਂ ਬੋਸ ਮੰਗਾਇਆ ਇਹ ਤਕਰੀਬਨ 650 ਰੁਪਏ ਦਾ ਮੈਨੂੰ ਪਿਆ ਹੈ ਠੀਕ ਹੈ ਨਾ ਤੇ ਯਾਰ ਪਾਕਿਸਤਾਨ ਦੇ ਵਿੱਚ ਜਾਂਦਾ ਤੇ 5000 ਦਾ ਕੱਤ ਹੋ ਜਾਂਦਾ ਇਹਦਾ ਕਿਰਾਇਆ ਪਾੜਾ ਪੈ ਗਈ ਯਾਰ ਸਾਰਾ ਕੁਝ ਦੇ ਖਰਚਾ ਖਰਾਜਾਤ ਕੱਢ ਕੇ ਯਾਰ 2000 ਦਾ ਮਿਲ ਜਾ 2200 ਦਾ ਮਿਲ ਜਾ ਸਵਾਰਾ ਹੀ 5-5000 ਦਾ ਇੱਥੇ ਕਿਉਂ ਨਹੀਂ ਲੋਕਾਂ ਦੀਆਂ ਚੀਜ਼ਾਂ ਚੋਰੀ ਹੁੰਦੀਆਂ ਯਾਰ ਠੀਕ ਹੈ ਨਾ ਕਿਉਂਕਿ ਹਰ ਬੰਦੇ ਦੇ ਕੋਲ ਮਿਨੀ ਟਰੈਕਰ ਹੈਗੇ ਨੇ ਜੀਪੀਐਸ ਹੈਗੇ ਨੇ ਇਸ ਵਿੱਚ ਜਦੀਦ ਨੇ ਠੀਕ ਹੈ ਨਾ ਯਾਰ ਚਲੋ ਸਾਨੂੰ ਘਟੋ ਘਟ ਪਾਕਿਸਤਾਨ ਦੇ ਸਸਤਾ ਆਈ ਮੇਲ ਜੇ ਤੇ ਬੰਦੇ ਮੋਟਰਸਾਈਕਲ ਸਿਕਿਉਰ ਹੋ ਸਕਦਾ ਹੈ ਗੱਡੀ ਸਿਕਿਉਰ ਹੋ ਸਕਦੀ ਬੰਦਾ ਕੋਈ ਵੀ 100 ਕੰਮ ਕਰ ਸਕਦਾ ਇਕੱਲੇ ਜੀਪੀ ਸੁੰਦਰ ਲੇਕਿਨ ਇਤਿਹਾਰ ਬੰਦੇਨ ਪਾਕਿਸਤਾਨ ਜਿੱਤੇ ਆਪਣਾ ਕਾਰੋਬਾਰ ਚ ਹੋਇਆ ਬਹੁਤ ਚਾਹਣਾ ਕਿਉਂ ਸਿਕਿਉਰ ਦਾ ਸੇਫ ਹੈ ਕਿਉਂਕਿ ਹਰ ਇਨਸਾਨ ਦੇ ਕੋਲ ਟੈਕਨੋਲੋਜੀ ਹੈ ਠੀਕ ਹੈ ਨਾ ਮੇਰੇ ਜਾਨ ਟੈਕਨੋਲੋਜੀ ਤੇ ਇਹ ਦੂਜੀ ਗੱਲ ਇਹ ਚ ਜੋ ਸਿੰਪਾਉਣੀ ਨੇ ਆਟੋਮੈਟਿਕ ਔਨ ਹੋ ਜਾਣਾ ਇਹਦੇ ਇਥੇ ਨਾ ਡੱਬੀ ਦੇ ਅੰਦਰਲੇ ਪਾਸੇ ਇੱਕ ਲੱਗੀ ਆ ਰੈਡ ਲਾਈਟ ਉਹ ਖੁਦ ਬਹੁਤ ਬਲ ਤੇ ਯਾਰ ਇਹ ਸੋਚ ਕਿ ਉਹ ਰਗੰਗ ਸਾਡੇ ਪਾਕਿਸਤਾਨੀ ਟੈਕਨੋਲੋਜੀ ਤੇ ਹੈ ਲੇਕਿਨ ਉਹ ਮੀਰਾ ਜੋਗੀ ਹੈ ਗਰੀਬਾਂ ਵਾਸਤੇ ਨਹੀਂ ਹੈਗੀ ਠੀਕ ਹੈ ਨਾ ਕਿਉਂਕਿ ਇਹ ਦੁਗਣਾ ਨਹੀਂ ਮੁਨਾਫਾ ਲੈਂਦੇ ਇਹ ਤਿਗਣਾ ਵੀ ਨਹੀਂ ਲੈਂਦੇ ਇਹ ਚੁਗਣਾ ਪਜੁਗਣਾ ਮੁਨਾਫਾ ਲੈਂਦੇ ਨੇ ਤੇ ਮੈਂ ਸਾਰੇ ਭਰਾਵਾਂ ਨੂੰ ਇਹ ਕਹਾਂਗਾ ਯਾਰ ਜੇ ਅਗਰ ਤੁਸੀਂ ਟੈਕਨੋਲੋਜੀ ਪਾਕਿਸਤਾਨ ਚ ਲੈ ਜਾਂਦੇ ਹੋ ਤੇ ਯਾਰ ਉਹਨੂੰ ਇਹ ਸਭ ਨੇ ਮਿਚੋ ਕਿ ਗਰੀਬ ਬੰਦੇ ਦੀ ਪਹੁੰਚ ਵੀ ਆ ਸਕੇ ਉਹ ਜੋ 5 6000 ਦਾ ਨਾਸ ਹੁੰਦਾ ਵਿਚਾਰਿਆਂ ਨੇ ਕੀ ਖਰੀਦਣਾ ਤੇ ਮੋਟਰਸਾਈਕਲ ਚੋਰੀਆਂ ਜਾਂ ਹੋਰ ਚੀਜ਼ਾਂ ਜਿਹੜੀਆਂ ਚੋਰੀਆਂ ਜਿਵੇਂ ਕਾਫੀ ਚੀਜ਼ਾਂ ਨੇ ਜਿੰਦੂ ਸਿਕਿਉਰ ਕਰਨਾ ਚਾਹੁੰਦੇ ਹੋ ਤੇ ਉਹਦੀ ਟੈਨਸ਼ਨ ਹੀ ਮੁੱਕ ਜਾਂਦੀ ਹੈ ਠੀਕ ਹੈ ਨਾ ਗੱਡੀ ਚ ਰੱਖਦੇ ਹੋ ਮੋਟਰਸਾਈਕਲ ਚ ਕਿਤੇ ਵੀ ਰੱਖਦੇ ਹੋ ਤੇ ਟੈਨਸ਼ਨ ਮੁੱਕ ਜਾਂਦੀ ਆ ਯਾਰ ਜਿੱਥੇ ਮਸੇ ਜਾਓ ਮਤਲਬ ਲੋਕੇਸ਼ਨ ਟ੍ਰੈਕ ਕਰ ਲਓ ਕੋਈ ਜਿਸ ਟਾਈਮ ਮਰਜ਼ੀ ਮੈਸੇਜ ਕਰੋ ਤੇ ਲੋਕੇਸ਼ਨ ਆ ਜਾਂਦੀ ਤੇ ਯਾਰ ਦੇਖੋ ਇਹ ਚੀਜ਼ਾਂ ਕਿੱਡੀਆਂ ਸਸਤੀਆਂ ਨੇ ਤੇ ਪਾਕਿਸਤਾਨ ਚ ਜਾਏ ਯਾਰ ਲਾਲਾ ਇਹਦੇ ਚ ਇਹ ਹੈਗਾ 650 ਦਾ ਇਹ ਤੇ ਕਿਰਾਇਆ ਪਾ ਤਾ ਯਾਰ ਤੂੰ ਤੇ ਡਬਲ ਕਰਾਇਆ ਪਾਲਾ 650 ਦਾ ਇਹ ਤੇ ਤੂੰ 1200 ਤੇ ਕਰਾਇਆ ਪਾਲਾ 1800 ਦਾ ਬਣ ਗਿਆ ਤੇ ਯਾਰ ਤੂੰ 500 ਤੇ ਮੁਨਾਫਾ ਲੈ ਲਾ 1853 ਤੋਂ 18500 ਨਹੀਂ ਲਿਆ تو 7000000 ਰਾਇਰ 500 ਤੱਕ ਦੇ ਦੇ ਆਵਾਮ ਨੂੰ ਯਾਰ ਲੋਕਾਂ ਤੱਕ ਟੈਕਨੋਲੋਜੀ ਤੇ ਪਹੁੰਚੇ ਤੁਸੀਂ ਤਾਂ ਟੋਕਾ ਫੇਰਨਾ ਸ਼ੁਰੂ ਕੀਤਾ ਯਾਰ ਪਾਕਿਸਤਾਨ ਦੇ ਵਿੱਚ ਆਵਾਮ ਨੂੰ ਤੇ ਬਾਕੀ ਯਾਰ ਮੇਰੇ ਵੇਖਣ ਵਾਲੇ ਭਰਾਵਾਂ ਨੂੰ ਦੱਸਿਓ ਇਹ ਚੀਜ਼ ਕਿਐਸੀ ਲੱਗੀ ਤੇ ਇਹਦਾ ਰੇਟ ਤੁਹਾਨੂੰ ਸੁਣ ਕੇ ਹੁਣ ਝਟਕਾ ਤਾਂ ਲੱਗਾ ਹੀ ਹੋਣਾ ਤੇ ਪਾਕਿਸਤਾਨ ਦੇ ਵਿੱਚ ਇਹਦਾ ਰੇਟ ਪੁੱਛੋ ਤੁਹਾਨੂੰ ਉਸ ਤੋਂ ਬੋਧਾ ਝਟਕਾ ਲੱਗੇਗਾ ਤੇ ਬਾਾਕੀ ਯਾਰ ਮੈਂ ਤੁਹਾਡੇ ਵਾਸਤੇ ਤਾਂ ਨਵੀਆਂ ਤੇ ਨਵੀਆਂ ਚੀਜ਼ਾਂ ਲੈ ਕੇ ਆਉਂਦਾ ਰਾਵਾਂਗਾ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਲਾਈਕ ਸ਼ੇਅਰ ਕਰੋ ਤੇ ਕਮੈਂਟ ਚ ਦੱਸਿਓ ਤੁਹਾਨੂੰ ਕਿਵੇਂ ਲੱਗਾ ਤੇ ਪਾਕਿਸਤਾਨ 'ਚ ਵਾਕਈ ਕੀ ਕੁਝ ਹੋ ਰਿਹਾ ਤੁਸੀਂ ਮੈਨੂੰ ਦੱਸਿਓ ਤੇ ਆ ਚੈਨਲ 'ਚ ਜੋ ਦਾ ਰੇਟ ਚੈਨਲ 'ਚ ਜੋ ਹੋ ਰਿਹਾ ਤੇ ਮੈਂ ਤੁਹਾਨੂੰ ਦੱਸ ਦਿੰਦਾ